ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਗੁਰਦਾਸਪੁਰ ਦੇ ਸਰਹੱਦੀ ਇਲਾਕੇ ਦੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣ ਲਈ ਪਹੁੰਚੇ। ਇਸ ਮੌਕੇ ਉਹਨਾਂ ਨੇ ਮੰਡੀਆਂ ਦਾ ਦੌਰਾ ਵੀ ਕੀਤਾ। ਕੈਪਟਨ ਅਮਰਿੰਦਰ ਨੇ ਕਿਸਾਨਾਂ ਨੂੰ ਸਰਕਾਰ ਬਣਨ ਤੋਂ ਬਾਅਦ ਕਰਜ਼ ਮਾਫ਼ ਕਰਨ ਦਾ ਵਾਅਦਾ ਵੀ ਕੀਤਾ। ਉਹਨਾਂ ਇਸ ਮੌਕੇ ਤੇ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਵਿਗੜਦੀ ਸਥਿਤੀ ਤੇ ਵੀ ਚਿੰਤਾ ਜਤਾਈ ਹੈ। ਲੇਕਿਨ ਮੈਨੂੰ ਡਰ ਹੈ ਇਸ ਬਾਰਡਰ ਏਰੀਆ ਦਾ, ਕਿਉਂਕਿ ਬਾਰਡਰ ਏਰੀਆ ਦਾ ਲੋਕਾਂ ਨੂੰ ਤੁਸੀਂ ਪਹਿਲਾਂ 1000 ਪਿੰਡ ਤਾਂ ਇੱਥੋਂ ਉਜਾੜਦੇ, ਉਹ ਵਿਚਾਰੇ ਪਹਿਲਾਂ ਕਿੰਨਾ ਉਹਨਾਂ ਦਾ ਨੁਕਸਾਨ ਕੱਢਦੇ ਇੱਥੋਂ ਬਾਹਰ, ਫਿਰ ਆ ਕੇ 3 ਦਿਨਾਂ ਬਾਅਦ ਕਹਿੰਦੇ ਵਾਪਸ ਚਲੇ ਜਾਓ ਕਿ ਮਾਹੌਲ ਬਣਾ ਕੇ ਇੱਥੇ ਕਿਸ ਕਿਸਮ ਦੀ ਸਰਕਾਰ ਹੈ। ਔਰ ਤਾਂ ਹੀ ਮੈਨੂੰ ਡਰ ਸੀ ਕਿ ਇੱਥੇ ਦੇ ਫਸਲਾਂ ਨੇ ਕਿਤੇ ਤਬਾਹ ਨਾ ਹੋ ਜਾਣ, ਤਾਂ ਹੀ ਮੈਂ ਅੱਜ ਇੱਥੇ ਵੀ ਜਾ ਰਿਹਾ ਔਰ ਬਾਰਡਰ ਪਾਰ ਤਾਰ ਪਾਰ ਵੀ ਮੈਂ ਜਾ ਰਿਹਾ ਦੇਖਣ ਨੂੰ ਕਿ ਸਾਰਿਆਂ ਨੂੰ ਕਿ ਜਿਹੜਾ ਸਾਡਾ ਹੁਣ ਪ੍ਰੋਗਰਾਮ ਚੱਲ ਰਿਹਾ ਕਿ ਕੋਈ ਜਿਹੜੀ ਉਹਨਾਂ ਦੀ ਗਿਰਵੀ ਰੱਖੀ ਹੈ ਜ਼ਮੀਨ, ਕੋਈ ਜ਼ਮੀਨ ਵਿਕੇਗੀ ਔਰ ਉਹਨਾਂ ਦੀ ਜਿਹੜੀ ਅਸੀਂ ਅਸ਼ੋਰੈਂਸ ਲੈਂਦੇ ਹਾਂ ਜੇ ਉਹਨਾਂ ਦੇ ਪੈਸੇ ਜਿਹੜੇ ਉਹਨਾਂ ਦੇ ਅਦਾਰੇ ਲਿੱਤੇ ਹੋਏ ਨੇ ਅਸੀਂ ਪੂਰੇ ਕਰਾਂਗੇ। ਅਸੀਂ ਕਮਿਟਮੈਂਟ ਕਰਦੇ ਹਾਂ, ਉਹ ਸਾਡਾ ਕੰਮ ਹੈ, ਅਸੀਂ ਕਰਜ਼ ਮਾਫ਼ ਕਰਾਂਗੇ। ਅੱਜ ਗਵਰਨਮੈਂਟ ਆਫ ਇੰਡੀਆ ਨੇ 2,03,00,000 ਕਰੋੜ ਰੁਪਏ ਬਣਾਏ ਨੇ, ਉਹ ਜਿੰਨਾ ਪੈਟਰੋਲ ਦਾ ਪ੍ਰਾਈਸ ਉਹੀ ਰੱਖਿਆ, ਇੰਟਰਨੈਸ਼ਨਲ ਪ੍ਰਾਈਸ ਬੜੇ ਥੱਲੇ ਚਲੇ ਗਏ ਸੀ। ਉਹ ਸਾਡੀ ਪਾਰਟੀ ਨੈਸ਼ਨਲ ਲੈਵਲ 'ਤੇ ਉਹਦੀ ਡਿਮਾਂਡ ਕਰ ਰਹੀ ਹੈ ਕਿ ਉਹ ਪੈਸਾ ਵਾਪਸ ਸਾਨੂੰ ਦਿੱਤਾ ਜਾਵੇ ਕਿਸਾਨੀ ਵਾਸਤੇ। ਜੋ ਇੰਡਸਟਰੀ ਨੂੰ ਦਿੱਤਾ ਉਹ ਇੰਡਸਟਰੀ ਨੂੰ ਦੇਤਾ, ਇੰਡਸਟਰੀ ਦੇ ਸਾਰੇ ਵੱਡੇ ਵੱਡੇ ਕਾਰਖਾਨੇ ਵਾਲੇ ਕੱਢਤੇ, ਲੇਕਿਨ ਗਰੀਬ ਕਿਸਾਨਾਂ 'ਤੇ ਉਹਨੇ ਕੋਈ ਹੱਥ ਹੀ ਨਹੀਂ ਲਾ ਰਿਹਾ। ਗੁਰਦਾਸਪੁਰ ਤੋਂ ਸੁਖਦੇਵ ਸਿੰਘ, ਖਬਰ ਹਰਪਲ ਇੰਡੀਆ ਲਈ।